ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਅੱਜ ਚੱਲੇ ਹਾਂ ਇੰਡੀਆ, ਅਤੇ ਬਸ ਆਪਾਂ ਰੈਡੀ ਹੋ ਗਏ ਹਾਂ ਅਤੇ ਤਿਆਰੀ ਪੂਰੀ ਵਿੱਚ ਹੈਗੇ ਹਾਂ। ਘਰਦਿਆਂ ਨੂੰ ਆਪਾਂ ਦੱਸਿਆ ਨਹੀਂ ਕਿ ਆਪਾਂ ਆਉਣਾ ਵਾ ਜਾਂ ਨਹੀਂ ਆਉਣਾ, ਜੋ ਵੀ ਆ, ਅਤੇ ਹੁਣ ਆਪਾਂ ਉਹਨੂੰ ਜਾ ਕੇ ਮਿਲਾਂਗੇ। ਘਰਦੇ ਉੱਧਰਲੇ ਕਹਿੰਦੇ ਸੀ 5 ਨੂੰ, ਇੱਧਰਲੇ ਕਹਿੰਦੇ 28 ਨੂੰ, ਅਤੇ ਆਪਾਂ ਰੈਡੀ ਹੋਣ ਡਿਆ ਹੁਣ ਨਾਲ ਨਾਲ, ਜਸ ਆਲਮੋਸਟ ਰੈਡੀ ਹੋ ਗਏ ਹਾਂ। ਜੈਕਟਾਂ ਜੁੱਟਾਂ ਪਾਈਆਂ ਜਾ ਰਹੀਆਂ ਨੇ, ਯਾਨੀ ਕਿ ਮੈਚਿੰਗਾਂ ਕਰਨ ਕੀਤੀਆਂ ਜਾ ਰਹੀਆਂ ਨੇ ਮਾੜੀਆਂ ਮਾੜੀਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਅੱਜ ਦਾ ਵਲੌਗ ਸਾਡਾ ਬਹੁਤ ਖਾਸ ਹੋਣ ਵਾਲਾ ਹੈ, ਕਿਉਂਕਿ ਅੱਜ ਆਪਾਂ ਇੰਡੀਆ ਜਾ ਰਹੇ ਹਾਂ, ਬਟ ਕਿਸੇ ਨੂੰ ਨਹੀਂ ਪਤਾ ਕਿ ਆਪਾਂ ਜਾਣਾ ਆ, ਤੇ ਮਤਲਬ ਉੱਥੇ ਉਹਨਾਂ ਨੂੰ ਹੀ ਪਤਾ ਕਿ ਆਪਾਂ ਆਹ ਡੇਟ ਨੂੰ ਆ ਰਹੇ ਹਾਂ। ਸੋ ਵੀ ਆਰ ਰੈਡੀ, ਔਰ ਸਾਰੇ ਬੈਗਸ ਵੀ ਰੈਡੀ ਆ, ਔਰ ਟੈਕਸੀ ਵਾਲੇ ਭਈਆ ਆਉਣ ਹੀ ਵਾਲੇ ਆ, ਤੇ ਆਪਾਂ ਬਸ ਹੁਣ ਬੈਗਸ ਨੀਚੇ ਲੈ ਕੇ ਜਾਣ ਵਾਲੇ ਆ, ਔਰ ਪਹਿਲਾਂ ਆਪਾਂ ਸਾਰੀ ਪ੍ਰੈਪਰੇਸ਼ਨ ਕਰ ਲਈ ਆ, ਹਨਾ, ਡਨ ਸਾਰਾ ਕੁਛ। ਤੇ ਆਓ ਤੁਹਾਨੂੰ ਹੁਣੇ ਹੁਣ ਬੈਗਸ ਆ ਜਾਓ, ਕਮੇ ਕਮੇ। ਸੋ ਫਰੈਂਡਸ, ਆਪਾਂ ਇਕਦਮ ਰੈਡੀ ਹਾਂ, ਸੋ ਅੱਜ ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਨਾਲ ਨਾਲ, ਜੋ ਜੋ ਸਾਡੇ ਐਕਸਪੀਰੀਅੰਸਿਸ ਹੈਗੇ ਆ ਆਪਾਂ ਤੁਹਾਨੂੰ ਨਾਲ ਨਾਲ ਦੱਸਾਂਗੇ। ਔਰ ਸਾਡੀ ਫਲਾਈਟ ਜਿਹੜੀ ਆ ਉਹ ਬੇਸਿਕਲੀ ਲੰਡਨ ਤੋਂ ਆ, ਹੈਨਾ, ਐਂਡ ਲੰਡਨ ਤੋਂ ਬਹਿਰੇਨ, ਐਂਡ ਦੈਨ ਬਹਿਰੇਨ ਤੋਂ ਨਿਊ ਦਿੱਲੀ। ਅਤੇ ਪਹਿਲਾਂ ਆਪਾਂ ਕੀ ਹੋਇਆ ਕਿ ਪਹਿਲਾਂ ਵੀ ਆਪਾਂ ਪਲੈਨ ਬਣਾਇਆ ਸੀ ਕਿ ਆਪਾਂ ਇੰਡੀਆ ਆਉਣਾ ਆ, ਅਤੇ ਉਸ ਟਾਈਮ 'ਤੇ ਕੀ ਹੋਇਆ ਕਿ ਸਾਡਾ ਵੀਜ਼ਾ ਜਿਹੜਾ ਆ ਉਹ ਆਇਆ ਹੀ ਨਹੀਂ, ਹੈਨਾ, ਵੀਜ਼ਾ ਨਹੀਂ ਆਇਆ। ਅਤੇ ਉਦੋਂ ਵੀ ਆਪਾਂ ਟਿਕਟਸ ਕਰਾਈਆਂ ਪਹਿਲਾਂ ਜਨਵਰੀ ਵਿੱਚ, ਅਤੇ ਜਨਵਰੀ ਤੋਂ ਬਾਅਦ ਸਾਡੀਆਂ ਟਿਕਟਸ ਹੋ ਗਈਆਂ ਫਿਰ ਕੈਂਸਲ, ਆਪਾਂ ਦੁਬਾਰਾ ਟਿਕਟਸ ਕਰਾਈਆਂ ਫੈਬਰੇਰੀ ਦੀਆਂ, ਅਤੇ ਮਤਲਬ ਵੀਜ਼ਾ ਆਉਣ ਤੋਂ ਬਾਅਦ। ਸੋ ਹੁਣ ਆਪਾਂ ਮਤਲਬ ਉਦੋਂ ਵੀ ਆਪਾਂ ਸਰਪ੍ਰਾਈਜ਼ ਹੀ ਦੇਣਾ ਸੀ, ਹੁਣ ਵੀ ਆਪਾਂ ਸਰਪ੍ਰਾਈਜ਼ ਹੀ ਦੇਣਾ, ਬਟ ਇਹ ਆ ਕਿ ਹੁਣ ਉਹਨਾਂ ਨੂੰ ਐਕਸਾਈਟਮੈਂਟ ਜ਼ਿਆਦਾ, ਕਿਉਂਕਿ ਉਹਨਾਂ ਨੂੰ ਪਤਾ ਕਿ ਆਪਾਂ ਆ ਰਹੇ ਹਾਂ। ਹਾਂਜੀ, ਅਤੇ ਲਾਸਟ ਟਾਈਮ ਜਦੋਂ ਆਪਾਂ ਆਏ ਸੀਗੇ ਲੰਡਨ ਆਪਾਂ ਜਦੋਂ ਲੈਂਡ ਕੀਤੇ ਸੀਗੇ, ਜਦੋਂ UK ਵਿੱਚ ਆਏ ਸੀਗੇ, ਉਦੋਂ ਸਾਡਾ ਬਹੁਤ ਹੀ ਬੈਡ ਐਕਸਪੀਰੀਅੰਸ ਸੀ। ਔਰ ਆਪਾਂ ਸਭ ਤੋਂ ਵੱਡੀ ਗੱਲ ਕੀ ਸੋਣੇ, ਆਪਾਂ ਭਲਾ ਉਹ ਬੂਟ ਪਾ ਕੇ ਆਏ ਸੀ, ਨਹੀਂ ਇਹ ਕੀ ਪਾ ਕੇ ਆਏ, ਸੇਫਟੀ ਸ਼ੂਜ਼ ਪਾ ਕੇ ਆਏ ਸੀ, ਕਿਉਂਕਿ ਉਹਨੂੰ ਬੈਗ ਵਿੱਚ ਰੱਖਦੇ ਅਤੇ ਓਬਵੀਅਸਲੀ ਉਹ ਬਹੁਤ ਜ਼ਿਆਦਾ ਹੈਵੀ ਸੀਗੇ, ਅਤੇ ਸੇਫਟੀ ਸ਼ੂਜ਼ ਪਾ ਕੇ ਆਏ, ਅਤੇ ਹੈਨਾ, ਅਤੇ ਉਹ ਬਹੁਤ ਉਹ ਮਤਲਬ ਕਿ ਸਾਰੇ ਰਸਤੇ ਅਨਕੰਫਰਟੇਬਲ ਰਹੇ, ਹੈਨਾ, ਔਰ ਪੱਗ ਪੁੱਗ ਬੰਨ ਕੇ ਆਏ ਤੇ ਉਦੋਂ ਇਹ ਪੂਰੀ ਅੱਤ ਹੋ ਗਈ। ਜਦੋਂ ਵੀ ਕੋਈ ਟਰੈਵਲ ਕਰਨਾ ਵਾ ਪਹਿਲੀ ਗੱਲ ਤੇ ਪੱਗ ਬੰਨ ਕੇ ਨਾ ਕਰੋ। ਹਾਂ, ਔਰ ਤੇ ਲੰਡਨ ਵਿੱਚ ਜਦੋਂ ਆਪਾਂ ਪਹੁੰਚੇ ਤੇ ਇਹਨਾਂ ਦਾ ਪੂਰਾ ਸਿਰ ਦਰਦ ਹੋਣ ਡਿਆ ਸੀਗਾ, ਟਰਬਨ ਲਾ ਕੇ ਫਟਾਫਟ ਪੰਨਾ ਬੰਨਿਆ, ਮਤਲਬ ਬਹੁਤ ਹੀ ਅਜੀਬ ਜਿਹਾ ਫਰਸਟ੍ਰੇਸ਼ਨ ਜੀ ਹੁੰਦੀ ਸੀ। ਤੇ ਉੱਤੋਂ ਨਹੀਂ, ਉੱਤੋਂ ਆਪਾਂ ਜਦੋਂ ਆਏ ਸੀ ਉਦੋਂ ਇੱਥੇ ਬਾਰਿਸ਼ ਹੋ ਰਹੀ ਸੀ ਔਰ ਇੱਥੇ ਠੰਡ ਸੀਗੀ ਬਹੁਤ ਜ਼ਿਆਦਾ, ਔਰ ਇੰਡੀਆ ਵਿੱਚ ਉਸ ਟਾਈਮ 'ਤੇ ਬਹੁਤ ਗਰਮੀ ਸੀਗੀ, ਹੈ ਨਾ, ਅਤੇ ਮਤਲਬ ਕਾਫੀ ਡਿਫਰੈਂਟ ਇਨਵਾਇਰਮੈਂਟ ਸੀਗਾ ਸਾਡੇ ਲਈ ਜਦੋਂ ਆਪਾਂ ਆਏ, ਬਟ ਹੌਲੀ ਹੌਲੀ ਚਲੋ ਅਡੈਪਟ ਹੋ ਗਿਆ। ਬਟ ਹੁਣ ਆਪਾਂ ਅੱਜ ਜ਼ਰੂਰ ਵੇਖਾਂਗੇ ਕਿ ਲੰਡਨ ਦਾ ਏਅਰਪੋਰਟ ਜਿਹੜਾ ਆ ਉਹ ਕਿੱਦਾਂ ਦਾ ਆ, ਕਿਉਂਕਿ ਉਦੋਂ ਤਾਂ ਸਾਡਾ ਮਤਲਬ ਜੀ ਕੁਛ ਪਤਾ ਹੀ ਨਹੀਂ ਚੱਲਿਆ, ਹੈ ਨਾ। ਹਾਂ, ਆਪਾਂ ਬੂਟ ਬਾਟ ਪਾਲੇ ਆ ਤੇ ਹੁਣ ਆਪਾਂ ਰੈਡੀ ਆ। ਹਾਏ ਨੀ ਮੁੰਡਾ ਦਿਲ ਮੰਗਦਾ, ਦਿਲ ਮੰਗਦਾ ਮੰਗਦਾ ਤੇਰੇ ਕੇ ਸੂਟ ਵਾਲਾ, ਹਾਏ ਨੀ ਮੁੰਡਾ ਦਿਲ ਮੰਗਦਾ। ਅੱਛਾ ਜੀ, ਸਿੰਗਰ ਵਾ ਵੀ ਆਪਾਂ ਕਮੀ ਆ, ਤੇ ਮੇਰੇ ਬਸ ਸਿੱਧੂ ਮੂਸੇ ਰੰਗ ਬਸ ਮੇਰੇ ਛਾਏ। ਵੈਸੇ ਮੈਚਿੰਗ ਕਰਨ ਦਾ ਕੋਈ ਹੈਗਾ ਨਹੀਂ ਪਲਾਨ, ਪਰ ਮੈਂ ਕਿ ਫਿਰ ਕਾਰ ਹੀ ਲੈਣੇ ਆ। ਵੈਸੇ ਤੇ ਮੈਚਿੰਗ ਕਰਨ ਦਾ ਕੋਈ ਪਲਾਨ ਹੈਗਾ ਨਹੀਂ, ਪਰ ਮੇਰੀ ਟੀਹੇ ਲੱਭ ਗਈ ਤੇ ਕਹਿੰਦੀ ਕਿ ਮੈਂ ਪਾ ਹੀ ਲਵਾਂ। ਮੈਂ ਤੇ ਕੀ ਹੋ ਗਿਆ ਫਿਰ, ਇਹ ਗੱਲ ਦੱਸਣੀ ਜ਼ਰੂਰੀ ਆ, ਲੋਕਾਂ ਨੂੰ ਤਾਂ ਪਤਾ ਲੱਗਿਆ ਟੀ-ਸ਼ਰਟ ਮੇਰੀ ਪਾਈ ਹੈ। ਐਵੇਂ ਮੇਰੀ ਨਹੀਂ ਆ? ਨਹੀਂ ਆ ਪੱਕਾ, ਜਿੰਨੇ ਮੇਰੇ ਇੰਸਟਾਗ੍ਰਾਮ ਫੋਟੋ ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਕਿ ਮੈਂ ਮੈਰੂਨ ਕਲਰ ਟੀ-ਸ਼ਰਟ ਪਾਈ ਹੋਈ ਹੈ ਤੇ ਕਿਸੇ ਨੇ ਮੇਰੀ ਟੀ-ਸ਼ਰਟ ਖੋਲੀ ਹੋਈ ਹੈ। ਸੋ ਗਾਇਸ, ਮੈਂ ਤੁਹਾਨੂੰ ਦਿਖਾਉਂਦੀ ਹਾਂ, ਆਪਾਂ ਸਾਰੇ ਬੈਗ ਆਲਮੋਸਟ ਪੈਕ ਕਰ ਲਏ ਆ, ਅਤੇ ਹੁਣ ਆਪਾਂ ਇਹਨਾਂ ਨੂੰ ਬੈਗਸ ਨੂੰ ਨੀਚੇ ਲੈ ਕੇ ਜਾਵਾਂਗੇ ਜਦੋਂ ਤੱਕ ਟੈਕਸੀ ਵਾਲੇ ਭਾਜੀ ਨੇ ਆਉਣਾ ਆ, ਅਤੇ ਸਾਡੀ ਫਲਾਈਟ ਹੈਗੀ ਆ ਸਵੇਰੇ 9:30 ਦੀ, ਬਟ ਇਸ ਟਾਈਮ ਰਾਤ ਦੇ 2:30 3:45 ਹੋ ਗਏ ਆ। ਹਾਂ ਹਾਂ, ਅਤੇ 3:00 ਆਪਾਂ ਮਤਲਬ ਇੱਥੋਂ ਨਿਕਲਾਂਗੇ, ਕਿਉਂਕਿ 2.5 ਘੰਟੇ ਦਾ ਰਸਤਾ ਆ। ਸੋ ਆਪਾਂ ਰਹਿੰਦੇ ਹਾਂ ਉੱਥੋਂ ਲੰਡਨ ਦਾ, ਐਗਜੈਕਟਲੀ ਜਿੱਥੇ ਆਪਾਂ ਰਹਿੰਦੇ ਉੱਥੋਂ ਇੰਨੀ ਦੂਰ ਆ, ਆਪਾਂ ਰਹਿੰਦੇ ਹਾਂ ਇਹਦੀ
ਗਲੋਸਟਰਸ਼ਾਈਨ ਚਿਲਟਨ ਹੈ। ਪਹਿਲਾਂ ਆਪਾਂ ਬਹੁਤ ਸਮਾਰਟ ਬਣਨ ਲੱਗੇ ਸੀ, ਪਹਿਲਾਂ ਆਪਾਂ ਸੋਚਿਆ ਕਿ ਬੱਸ 'ਤੇ ਜਾਂਦੇ ਹਾਂ ਹੈ ਨਾ, ਫਿਰ ਬੱਸ ਤੋਂ ਬੱਸ ਦੇ ਅਤੇ ਕਾਰ ਦੇ ਰੂਟਸ ਬਿਲਕੁਲ ਹੀ ਅਲੱਗ ਅਲੱਗ ਹੁੰਦੇ ਆ ਇੱਥੇ, ਅਤੇ ਬੱਸ ਜਿਹੜੀ ਆ ਉਹ 7.5 ਆਵਰ ਲੈਂਦੀ ਆ ਇੱਥੋਂ ਚਿਲਟਨਹੈਮ ਟੂ ਲੰਡਨ, ਮਤਲਬ ਜਿਹੜੇ ਟਰਮੀਨਲ ਤੋਂ ਆਪਾਂ ਜਾਣਾ ਸੀ ਉੱਥੇ ਜਾਣ ਤੱਕ ਹੈ ਨਾ, ਔਰ ਮਤਲਬ ਜਿਹੜੀ ਕਾਰ ਆ ਉਹ 2.5 ਆਵਰ ਲੈਂਦੀ ਆ, ਬਟ ਦਾ ਐਕਸਪੈਂਸਿਸ ਆਰ ਵੈਰੀ ਡਿਫਰੈਂਟ ਬਿਕੋਜ਼ ਤੁਸੀਂ ਬੱਸ 'ਤੇ ਟਰੈਵਲ ਕਰ ਸਕਦੇ ਹੋ 25 ਪਾਉਂਡਸ ਦੇ ਵਿੱਚ ਵਿੱਚ, ਜਾਂ ਫਿਰ ਅਗਰ ਦੋ ਜਣਾ ਜਾਣਾ ਤਾਂ 50-60 ਪਾਉਂਡਸ 'ਚ ਤੁਸੀਂ ਦੋਵੇਂ ਜਾ ਸਕਦੇ ਹੋ, ਬਟ ਅਗਰ ਤੁਸੀਂ ਟੈਕਸੀ 'ਤੇ ਜਾ ਰਹੇ ਹੋ ਤਾਂ ਤੁਹਾਡੇ 135-150 ਪਾਉਂਡਸ ਤੱਕ ਤੁਹਾਨੂੰ ਮਤਲਬ ਚਾਰਜ ਕਰਦੇ ਆ ਉਹ, ਅਤੇ ਜੋ ਕਿ ਜ਼ਿਆਦਾ ਐਕਸਪੈਂਸਿਵ ਹੋ ਜਾਂਦਾ, ਬਟ ਓਬਵੀਅਸਲੀ ਅਗਰ ਤੁਸੀਂ ਟਾਈਮ ਸੇਵ ਕਰਨਾ ਹੈ ਤਾਂ ਮਨੀ ਜ਼ਿਆਦਾ ਦੇਣੀ ਪਊਗੀ, ਹੈ ਨਾ ਹੈ ਨਾ। ਤੇ ਹੁਣ ਫਿਰ ਤੁਸੀਂ ਰੈਡੀ ਆ? ਲਾਈਕ ਮੈਨੂੰ ਕਾਫੀ ਦੇਰ ਦੀਆਂ ਛੁੱਟੀਆਂ ਹੋਈਆਂ, ਮੈਂ ਘਰੇ ਹੀ ਤੇ ਮੈਨੂੰ ਏਡੀ ਕੋਈ ਫੀਲ ਨਹੀਂ ਆ ਰਹੀ ਕਿ ਮੈਂ ਛੁੱਟੀਆਂ ਇੰਜੋਏ ਕਰਨ ਜਾ ਰਹੀ, ਬਟ ਆਈ ਥਿੰਕ ਤੁਹਾਨੂੰ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੋਣਾ ਹੈ ਨਾ। ਓਕੇ, ਕਿਉਂਕਿ ਅੱਜ ਇਹਨਾਂ ਦੀ ਫਸਟ ਹੋਲੀਡੇ। ਸਾਰੇ ਮੇਰੇ ਸਟਾਫ ਨੂੰ ਬਾਏ ਬਾਏ, ਮੈਂ 1 ਮਹੀਨੇ ਬਾਅਦ ਮਿਲੂੰਗਾ ਤੁਹਾਨੂੰ। ਜਿਹਨੇ ਮੈਨੂੰ ਕਾਲ ਕੀਤੀ, ਆਈ ਹੋਪ ਤੁਹਾਡੇ ਜਿਹਨੇ ਮੈਨੂੰ ਕਾਲ ਕੀਤੀ ਉਹ ਆਪਣਾ ਸਭ ਖੁਦ ਲਾ ਕੇ ਰੱਖੇ। ਆਈ ਹੋਪ ਤੁਹਾਡੇ ਵਿਊਅਰਸ ਔਰ ਤੁਹਾਡੇ ਡੋਮੀਨੋਜ਼ ਵਾਲੇ ਫਰੈਂਡਸ ਤੁਹਾਡਾ ਵਲੌਗ ਵੇਖ ਕੇ ਜ਼ਰੂਰ ਤੁਹਾਨੂੰ ਮਿਸ ਕਰਦੇ ਹੋਣਗੇ। ਓਕੇ, ਵੈਸੇ ਵੀ ਇਹ ਵਲੌਗ ਬਹੁਤ ਦਿਨਾਂ ਬਾਅਦ ਪੈਣਾ ਬਿਕੋਜ਼ ਓਬਵੀਅਸਲੀ ਮੈਂ ਜਾ ਕੇ ਬਿਜ਼ੀ ਹੋ ਜਾਣਾ ਵਾ ਅਤੇ ਫਿਰ ਪਤਾ ਨਹੀਂ ਕਦੋਂ ਪਵੇ, ਹੈ ਨਾ। ਚਲੋ ਚਲੋ ਠੀਕ ਆ, ਆਪਾਂ ਹੁਣ ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਾਂਗੇ ਆਪਾਂ ਜਾਂਦੇ ਜਾਂਦੇ ਦਾ। ਹਾਂ ਐਗਜੈਕਟਲੀ, ਔਰ ਸਭ ਤੋਂ ਵੱਡੀ ਗੱਲ ਜਦੋਂ ਆਪਾਂ ਆਏ ਸੀ ਉਦੋਂ ਆਪਾਂ ਏਅਰ ਇੰਡੀਆ ਦੇ ਵਿੱਚ ਆਏ ਸੀ, ਔਰ ਬਹੁਤ ਹੀ ਬੇਕਾਰ ਸੀਗੀ ਉਹ ਵਾਲੀ ਫਲਾਈਟ, ਬਹੁਤ ਹੀ ਜ਼ਿਆਦਾ ਬੇਕਾਰ ਸੀਟ ਸੀਗੀਆਂ, ਬਟ ਇਸ ਵਾਰੀ ਆਪਾਂ ਗਲਫ ਏਅਰਲਾਈਨਸ 'ਚ ਜਾ ਰਹੇ ਹਾਂ। ਯਾ ਐਗਜੈਕਟਲੀ, ਔਰ ਇਸ ਵਾਰੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿੰਨਾ ਫਰਕ ਆ, ਔਰ ਉਦੋਂ ਨਾਲੋਂ ਹੁਣ ਜ਼ਿਆਦਾ ਫਰਕ ਇਸ ਲਈ ਵੀ ਆ ਕਿ ਉਦੋਂ ਸਾਨੂੰ ਵਲੋਗਿੰਗ ਦਾ ਖਾਸ ਪਤਾ ਵੀ ਨਹੀਂ ਕੁਛ, ਇਸ ਵਾਰੀ ਆਪਾਂ ਚੱਜ ਨਾਲ ਵਲੋਗ ਬਣਾਵਾਂਗੇ, ਸਭ ਤੁਹਾਨੂੰ ਚੱਜ ਨਾਲ ਵਿਖਾਵਾਂਗੇ, ਰਾਈਟ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਇਹ ਗਵਾਚੇ ਨਾ, ਇਹਦੇ ਕਰਕੇ ਆਪਾਂ ਥੋੜ੍ਹਾ ਇੱਥੇ ਤਿਆਰ ਕੀਤਾ ਆ, ਅਤੇ ਇੱਥੇ ਥੋੜ੍ਹਾ ਜਿਹਾ ਲਿਖਾ ਲਿਖੂ ਦਿੱਤਾ ਕਿ ਕਿੱਥੇ ਕਿੱਥੇ ਜਾ ਰਿਹਾ ਬੈਗ, ਸੋ ਦੈਟ ਮਿਸਪਲੇਸ ਨਾ ਹੋਵੇ। ਵੈਸੇ ਇੱਦਾਂ ਹੁੰਦਾ ਤਾਂ ਨਹੀਂ ਆ, ਅਤੇ ਬੜੇ ਭਾਰੇ ਬੈਗ ਹੈ ਭਾਈ। ਸੋ ਗਾਈਜ਼, ਆਲਮੋਸਟ ਸਾਡੇ ਬੈਗਸ ਵੀ ਰੈਡੀ ਆ, ਅਤੇ ਆਹ ਦੇਖੋ ਆਹ ਹੈਗੇ ਆ ਪਾਸਪੋਰਟਸ, ਅਤੇ ਇਹ ਦੋਨੋਂ ਕਵਰਸ ਮੈਂ ਮੰਗਵਾਏ ਆ ਸ਼ੇਨ ਤੋਂ, ਆਈ ਹੋਪ ਤੁਹਾਨੂੰ ਵੀ ਸੋਹਣੇ ਲੱਗੇ ਹੋਗੇ, ਸ਼ੇਨ ਤੋਂ ਕਾਫੀ ਅੱਛੇ ਪ੍ਰਾਈਜ਼ 'ਚ 5-7 ਪਾਉਂਡਸ ਦੇ ਵਿੱਚ ਵਿੱਚ ਮਿਲ ਗਏ, ਕਾਫੀ ਅੱਛੇ ਲੱਗ ਰਹੇ। ਅਤੇ ਹੁਣ ਆਪਾਂ ਸਾਰੇ ਬੈਗਸ ਨੀਚੇ ਲੈ ਕੇ ਜਾ ਰਹੇ ਹਾਂ ਅਤੇ ਫਿਰ ਤੁਹਾਨੂੰ ਮਿਲਦੇ ਹਾਂ। ਸੋ ਗਾਈਜ਼, ਹਾਂਜੀ, ਬੈਗਸ ਆਪਾਂ ਨੀਚੇ ਲੈ ਆਉਂਦੇ ਆ, ਅਤੇ ਰੈਡੀ ਹੋ ਗਏ ਤੁਸੀਂ? ਪੂਰਾ ਪੂਰਾ ਰੈਡੀ। ਓਕੇ, ਰੈਡੀ ਰੈਡੀ। ਵੈਸੇ ਇਸ ਵਾਰੀ ਜੇ ਆਪਾਂ ਤਿਆਰ ਨਹੀਂ ਹੋਏ ਤਾਂ ਆਪਾਂ ਬਿਲਕੁਲ ਵੀ ਤਿਆਰ ਨਹੀਂ ਹੋਏ, ਰਾਈਟ। ਬਟ ਮੈਂ ਸੋਚਿਆ ਕਿ ਆਪਾਂ ਜਾ ਕੇ ਸੋਣਾ, ਕਿੱਥੇ ਮੂੰਹ ਤੇ ਕੁਛ ਲਾਇਆ ਮੈਂ ਸੋਏ ਕੀ, ਮੈਂ ਤਿਆਰ ਹੋਇਆ ਵਰਗਾ, ਤੁਸੀਂ ਤਿਆਰ ਹੋਏ ਵੇਖੋ ਚੱਜ ਨਾ ਹੋਏ। ਹਾਏ, ਪੰਨਾ ਬੰਨਿਆ ਤੇ ਟਰੈਕ ਸੂਟ ਪਾਇਆ ਤੇ ਆ ਪਾਇਆ, 10 ਮਿੰਟਾਂ ਦੀ ਖੇਡ ਨਹੀਂ। ਜੇ ਮੈਂ ਦੱਸਾਂ ਨਾ ਤੁਹਾਨੂੰ ਕਿ ਕਿੰਨੇ ਘੰਟੇ ਵਿੱਚ ਰੈਡੀ ਹੋਏ, ਮੈਨੂੰ ਪਤਾ ਵਾ। ਦੱਸੋ ਦੱਸੋ ਕਿੰਨੇ ਕਿੰਨੇ ਘੰਟੇ ਹੋ ਗਏ ਸਵੇਰ ਦੇ? ਕਿੰਨੇ ਘੰਟੇ ਹੋ ਗਏ? ਏਅਰਪੋਰਟ ਮਿਲਾਂਗੇ, 2 ਮਿੰਟ ਵਲੌਗ ਚਾਹੋ। ਸਾਡੇ ਭਾਜੀ ਆ ਤੇ ਇਹਨਾਂ ਨੇ ਲੈਟ ਚ ਫੜਿਆ। ਇਹ ਸਾਡੇ ਫੈਜ਼ਲ ਭਾਜੀ ਆ ਗਏ, ਹੁਣ ਸਾਡੇ ਨਾਲ ਸਾਨੂੰ ਡ੍ਰੌਪ ਕਰਨ ਆਏ ਆ, ਤੇ ਆਪਾਂ ਹੁਣ ਚੱਲੇ ਆ ਵਾਪਸ। ਸੋ ਗਾਇਸ, ਫਾਈਨਲੀ ਆਪਾਂ ਟਰਮੀਨਲ 4 ਤੇ ਆ ਗਏ, ਔਰ ਸੱਚੀ ਮੈਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ, ਔਰ ਬੈਗ ਵੀ ਧੋੜੇ ਪੈਣ ਦੇ, ਸੋਹਣਾ ਅੱਗੇ 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 ਭੱਜੀ ਜਾ ਰਿਹਾ ਭੱਜੀ ਜਾ ਰਿਹਾ। ਬੇਗਮ ਜਾਨ ਥੱਕ ਗਏ ਨੇ, ਕਲਪਣ ਡੇ ਨੇ,
ਤੇ ਫੋਨ ਫੜ ਕੇ ਆਉਂਦੇ ਹਾਂ ਬਹੁਤ ਜ਼ਿਆਦਾ ਠੰਡ ਹੈ ਬੜੀ ਠੰਡੀ ਹੋ ਹੈ ਬੜੀ ਠੰਡੀ ਹੋ ਸੋ ਗਾਇਜ਼ ਆਪਾਂ ਫਾਈਨਲੀ ਅੰਦਰ ਆ ਗਏ ਆ ਔਰ ਲਾਈਨ ਲੱਗ ਵੀ ਗਈ ਆ ਹੁਣੇ ਹੀ ਹਜੇ ਚੈੱਕ ਇਨ ਸਟਾਰਟ ਹੋਣਾ ਵਾ 6:00 ਹੈ ਨਾ ਯੈਸ 6:00 6:30 ਮਤਲਬ ਚੈੱਕ ਇਨ ਸਟਾਰਟ ਹੋਣਾ ਆ ਬਟ ਫਿਰ ਵੀ ਕਾਫੀ ਲੰਬੀ ਲਾਈਨ ਲੱਗ ਗਈ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਆ ਚੱਕੋ ਜੀ ਸੋ ਤੁਸੀਂ ਦੇਖ ਸਕਦੇ ਹੋ ਹਜੇ ਚੈੱਕ ਇਨ ਓਪਨ ਨਹੀਂ ਹੋਇਆ ਹਜੇ ਸਾਰੇ ਜਣੇ ਲਾਈਨ 'ਚ ਲੱਗੇ ਆ ਅਤੇ ਆਪਾਂ ਫਾਈਨਲੀ ਆਪਾਂ ਕਿਹੜੀ ਕਿੰਨੇ ਨੰਬਰ 'ਤੇ ਤਿੰਨ ਥਰਡ ਨੰਬਰ 'ਤੇ ਹਾਂ ਆਪਾਂ ਮਤਲਬ ਮੈਂ ਥਰਡ 'ਤੇ ਹਾਂ ਸੋਨਾ ਫੋਰਥ 'ਤੇ ਔਰ ਇੱਥੋਂ ਤੱਕ ਲਾਈਨ ਲੱਗ ਚੁੱਕੀ ਆ ਮਤਲਬ ਸਾਡੇ ਪਿੱਛੇ 10 ਲੋਕ ਹੋਰ ਲੱਗ ਚੁੱਕੇ ਆ ਸੋ ਹਜੇ 6:30 ਤੱਕ ਓਪਨ ਹੋਊਗਾ ਲਓ ਜੀ ਪਿਆਰਿਓ ਆਪਾਂ ਬੋਰਡਿੰਗ ਲੈ ਲਈ ਆ ਅਤੇ ਆਪਾਂ ਆ ਗਏ ਹੁਣ ਬਾਹਰ ਇੱਥੇ ਕੁਛ ਸਹੀ ਹੈ ਲਓ ਜੀ ਹੁਣ ਆਪਾਂ ਗਏ ਆ ਆਪਾਂ ਅੰਦਰ ਅਤੇ ਆਪਾਂ ਸੋਚ ਰਹੇ ਕਿ ਹੁਣ ਡੈਡੀ ਹੁਣ ਜੋ ਕੁਛ ਲੈ ਦਿੱਤਾ ਜਾਵੇ ਟਰਾਈ ਮਾਰਦੇ ਆ ਅੱਗੇ ਵੇਖੋ ਕਮ ਹੇਅਰ ਸੋਹਣੇ ਯਾਰ ਉਹ ਵੇਖੋ ਆਹ ਵੇਖੋ ਸੋਹਣੇ ਇੱਥੇ ਸਾਰੇ ਲਓ ਜੀ ਆਹ ਹੈਗਾ ਸ਼ਰਾਬ ਦਾ ਸਟਾਕ ਸਾਰਾ ਹੁਣ ਵੇਨੇ ਟਰਾਈ ਮਾਰ ਕੇ ਕਿਹੜੀ ਲੈਣੀ ਕਿਹੜੀ ਨਹੀਂ ਚਲੋ 1,00,000 ਤੇ ਆਹ ਕਿੰਨੇ ਹੁੰਦੇ ਆ 45,000 ਦੀ ਹਾਂ 45,000 ਦੀ ਚੱਕੋ ਜੀ ਇੰਨੀ ਕੁ ਬੋਤਲ ਆ ਕਿਉਂ ਕਿਉਂਕਿ 36 ਸਾਲ ਪੁਰਾਣੀ ਪਈ ਇਹਨਾਂ ਦੇ 36 ਸਾਲ ਪੁਰਾਣੀ ਆ ਤਾਂ ਕਰਕੇ ਮਹਿੰਗੀ ਆ ਇਹਨਾਂ ਦਾ ਡਰਾਮੇ ਜਿੱਦਾਂ ਉਹਨਾਂ ਨੇ ਦੱਸਿਆ ਕਿ ਆਪਾਂ ਇੱਦਾਂ ਬਣਾਉਂਦੇ ਹਾਂ ਇਹਦੇ ਹਿਸਾਬ ਨਾਲ ਪੂਰਾ ਟੈਮੀ ਟਮੀ ਲਾ ਕੇ ਬਣਾਉਂਦੇ ਆ ਡਰਮਾਂ 'ਚ ਬੈਰਲ ਕਹਿੰਦੇ ਇਹਨੂੰ ਆਹ ਸਿਸਟਮ ਆ ਪੂਰਾ ਅਤੇ ਆਹ ਹੁਣ ਮੇਰੀ ਬੇਗਮ ਨੂੰ ਪਸੰਦ ਆ ਗਈ ਆ ਆਹ ਵਾਲੀ 26x30 ਪਾਉਣ ਦੀ ਆ ਇਹ ਹੈਗੀ ਆ ਜੀ 16 ਸਾਲ ਪੁਰਾਣੀ 18 ਸਾਲ ਪੁਰਾਣੀ 15 ਸਾਲ ਪੁਰਾਣੀ ਅਤੇ 12 ਸਾਲ ਪੁਰਾਣੀ ਹੁਣ ਜਿਹੜੇ ਹਿਸਾਬ ਨਾਲ ਤੁਸੀਂ ਪੈਕ ਕਰ ਚੁੱਕੇ ਜਿੰਨਾ ਗੁੜ ਪਾਓਗੇ ਉਨਾ ਮਿੱਠਾ ਚੈੱਕ ਕਰੋ ਲਓ ਜੀ ਚੈੱਕ ਕਰੋ 2,70,000 ਦੀ ਸ਼ਰਾਬ ਵੀ ਗਈ ਜੀ ਲਓ ਜੀ ਮਾਮਾ ਘਰੇ ਬਣਾਈ ਹੈ ਇਕੱਲੇ ਨੇ ਸਾਲੇ ₹4,00,000 ਦੀ ਸ਼ਰਾਬ ਆ ਭਾਜੀ ਹੱਥ ਨਹੀਂ ਲਾਉਣਾ ਥੈਂਕ ਯੂ ਰੈਡੀ ਸੋ ਪਾਪਾ ਦੋਵੇਂ ਪਾਪਾ ਵਾਸਤੇ ਆਪਾਂ ਲੈ ਲਿਆ ਗਿਫਟ ਅਤੇ ਸਾਨੂੰ ਆਪਾਂ ਨਾ ਪੀਂਦੇ ਹਾਂ ਅਤੇ ਸਾਨੂੰ ਪਤਾ ਵੀ ਨਹੀਂ ਆ ਕਿ ਕਿਹੜੀ ਵਧੀਆ ਸੀ ਕਿਹੜੀ ਨਹੀਂ ਵਧੀਆ ਸੀ ਬਟ ਈਵਨ ਦੈਨ ਆਪਾਂ ਲੈ ਹੀ ਲਿਆ ਫਿਲਹਾਲ ਨਹੀਂ ਸਹੀ ਕਿ ਨਹੀਂ ਆਈ ਡੋਂਟ ਨੋ ਚਲੋ ਲਓ ਜੀ ਇੱਥੇ ਸਾਰਾ ਕੁਛ ਡਿਊਟੀ ਫਰੀ ਹੁੰਦਾ ਵਾ ਜੋ ਤੁਸੀਂ ਮਰਜ਼ੀ ਲੈ ਸਕਦੇ ਚੱਲ ਪੀਰ ਪਿਛਾਂ ਹੋ ਸਭ ਕੁਛ ਫਰੀ ਆ ਪਰਫਿਊਮ ਪਰਫਿਊਮ ਸਭ ਕੁਛ ਫਰੀ ਆ ਫਰੀ ਨਹੀਂ ਯਾਨੀ ਕਿ ਡਿਊਟੀ ਫਰੀ ਆ ਤੁਹਾਨੂੰ ਡਿਊਟੀ ਫਰੀ ਟੈਕਸ ਲਾ ਕੇ ਨਾਲ ਸਲਿੱਪ ਲਾ ਕੇ ਦੇਣਗੇ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਸੋ ਫਰੈਂਡਸ ਹੈਲੋ ਫਰੈਂਡਸ ਸੋ ਇਹ ਹੈਗਾ ਵਾ ਏਰੀਆ ਜਿੱਥੇ ਆਪਾਂ ਵੇਖ ਸਕਦੇ ਮੈਨੂੰ ਮੈਂ ਆਪਣਾ ਦੇਖਣ ਆਈ ਸੀ ਕਿ ਬਹਿਰੇਨ ਦੀ ਸਾਡੀ ਫਲਾਈਟ ਆ ਬਟ ਉਹਦੀ 8 ਵਜੇ ਗੇਟ ਸ਼ੋ ਹੋਊਗਾ ਸੋ ਦੇਖੋ ਇੱਧਰ ਮੈਨੂੰ ਫੜਾ ਦਿਓ ਜੀ ਚਲੋ ਘੁੰਮੋ ਤੁਸੀਂ ਚਲ ਆਇਓ ਇੱਕ ਵਾਰੀ ਵੇਖ ਕੇ ਆਈਏ ਆਏਗੀ ਠੀਕ ਹੈ ਹਏ ਇੰਨਾ ਮੂੰਹ ਬਣਾਇਆ ਸੀ ਨਾ ਕਿਤੇ ਫੜਨਾ ਪੈ ਗਿਆ ਨਾ ਕੁਛ ਦੇਖੀ ਮੈਨੂੰ ਅੱਛਾ ਜੀ ਸੋ ਇਹ ਕਹਿਣ ਦੀ ਗੱਲ ਹੁੰਦੀ ਵੈਸੇ 20% ਔਫ ਲੱਗਾ ਮੈਨੂੰ ਤਾਂ ਲੱਗਦਾ ਉਨਾ ਹੀ ਰੇਟ ਲਾ ਕੇ ਤੇ ਵੇਚ ਦਿੰਦੇ ਹੈ ਨਾ ਆਪਾਂ ਆਪਣਾ ਗਿੰਬਲ ਨਹੀਂ ਯੂਜ਼ ਕਰ ਪਾਉਂਦੇ ਕਿਉਂਕਿ ਬਹੁਤ ਭਾਰਾ ਗਿੰਬਲ ਵੀ ਉਹਨੂੰ ਆਪਾਂ ਬੈਗ 'ਚ ਨਹੀਂ ਲੈ ਕੇ ਆਏ ਹੈ ਨਾ ਜਦੋਂ ਆਪਾਂ ਲਾਸਟ ਟਾਈਮ ਆਏ ਸੀਗੇ
ਉਦੋਂ ਬਹੁਤ ਜ਼ਿਆਦਾ ਸਾਨੂੰ ਪ੍ਰੋਬਲਮ ਆਈ ਸੀ ਕਿਉਂਕਿ ਉਦੋਂ ਜਿਹੜੇ ਆਪਾਂ ਮੋਢੇ 'ਤੇ ਬੈਗ ਪਾਏ ਆਪਾਂ ਬੜੇ ਜ਼ਿਆਦਾ ਤੂਸੇ ਸੀਗੇ ਅਤੇ ਬਹੁਤ ਜ਼ਿਆਦਾ ਪ੍ਰੋਬਲਮ ਆਈ ਬਟ ਇਸ ਵਾਰੀ ਆਪਾਂ ਸੋਚਿਆ ਸੀ ਕਿ ਆਪਾਂ ਬਿਲਕੁਲ ਵੀ ਘੱਟ ਤੋਂ ਘੱਟ ਵੇਟ ਲੈ ਕੇ ਆਉਣਾ ਜੇ 6 kg ਅਲਾਊਡ ਹੈਗਾ ਸੀਗਾ ਸਾਨੂੰ ਆਪਣੇ ਕੈਬਿਨ ਬੈਗ 'ਤੇ ਆਪਾਂ 4 kg ਉਹਦੇ ਵਿੱਚ ਪਾਇਆ ਵਾ ਮਤਲਬ ਬਹੁਤ ਹੀ ਲਿਮਿਟਿਡ ਆ ਬਾਕੀ ਇਹ ਆ ਕਿ ਲੈਪਟੋਪ ਦਾ ਵੇਟ ਹੀ ਬਹੁਤ ਹੁੰਦਾ ਵਾ ਮੇਰਾ ਆਈਪੈਡ ਦਾ ਘੱਟੋ ਘੱਟ 2-3 kg ਵੇਟ ਹੈਗਾ ਸੀ ਅਤੇ ਆਹ ਕਿਹੜਾ ਤਰੀਕਾ ਵਾ ਸੋਹਣੇ ਆਹ ਕਿਹੜਾ ਤਰੀਕਾ ਚੈੱਕ ਕਰਨ ਦਾ ਹੈ ਸੋਹਣਾ ਵਾ ਵੈਸੇ ਵਧੀਆ ਹੈ ਹਾਏ ਵਾਕਿਆ ਅਗਰਬੱਤੀ ਵਰਗੀ ਸਮੈਲ ਚਲੋ ਸੋਹਣੇ ਚਲੋ ਚੱਲੀਏ ਹੁਣ ਸੋੜੇ ਆਹ ਕੀ ਤਰੀਕਾ ਚੱਲ ਫਿਰ ਮੇਰੇ ਵੀ ਪਾ ਦਿਓ ਮੇਰੇ ਵੀ ਪਾ ਦਿਓ ਮੇਰੇ ਮੂੰਹ ਤੇ ਨਾ ਪਾ ਦਿਓ ਚੱਲ ਕੋਈ ਚੱਜ ਦਾ ਨਹੀਂ ਪਾ ਸਕਦੇ ਅਸੀਂ ਮੁਫਤ ਦਾ ਇੱਦਾਂ ਦਾ ਮਿਲਦਾ ਚਲੋ ਬਰਬੀ ਜਾਨ ਜੀ ਉੱਧਰ ਨੂੰ ਹੋ ਗਿਆ ਹੁਣ ਥੋੜ੍ਹਾ ਹੋਰ ਵੀ ਕੁਛ ਵੇਖ ਲਈਏ ਮੈਨੂੰ ਵੇਖ ਲਓ ਇੰਨਾ ਭਾਰ ਚੁਕਾਇਆ 2 ਬੋਤਲਾਂ ਸ਼ਰਾਬ ਦੀਆਂ ਅਤੇ ਆਪ ਕੱਖ ਵੀ ਨਹੀਂ ਹੈਲੋ ਮਿਸਟਰ ਜੋਨੀ ਤੇਰੀ ਪੈਂਟ ਬੜੀ ਸੋਹਣੀ ਆਹੋ ਯਾਰ ਤੁਹਾਨੂੰ ਪਤਾ ਸਾਡੀ ਜਿਹੜੀ ਟਿਕਟ ਆਈ ਆ ਉਹ ਸਾਡੀ ਡਿਫਰੈਂਟ ਡਿਫਰੈਂਟ ਜਗ੍ਹਾ ਡਿਫਰੈਂਟ ਆਈ ਆ ਹੈ ਨਾ ਤੁਹਾਡੀ ਕਿੰਨੇ ਨੰਬਰ ਸੀਟ ਆ ਮੇਰੀ ਹੈਗੀ ਆ 48-326 ਮਤਲਬ ਕਾਫੀ ਡਿਸਟੈਂਸ ਹੈਗਾ ਸਾਡੇ ਸੀਟਸ ਦੇ ਵਿੱਚ ਕਿਉਂਕਿ ਜਦੋਂ ਆਪਾਂ ਚੈੱਕ ਇਨ ਕਰਦੇ ਪਏ ਸੀ ਤੇ ਮੈਂ ਕਿਸੇ ਹੋਰ ਰੋਅ 'ਚ ਅਸੀਂ ਤੇ ਤੁਸੀਂ ਕਿਸੇ ਹੋਰ ਰੋਅ 'ਚ ਸੀਟ ਵੀ ਨਾਲ ਨਾਲ ਵੇਖ ਲਓ ਵੈਸੇ ਤੇ ਕੱਖ ਏਡਾ ਵੇਖਣ ਵਾਲਾ ਨਹੀਂ ਹੁੰਦਾ ਉਹੀ ਸਭ ਕੁਛ ਆ ਟਰਮੀਨਲ 4 ਆ ਜਿੱਥੋਂ ਸਾਡੀ ਫਲਾਈਟ ਆ ਕਾਫੀ ਵਧੀਆ ਵਾ ਵੱਡਾ ਵਾ ਕਿਉਂਕਿ ਜਦੋਂ ਤੁਹਾਨੂੰ ਦੱਸਿਆ ਜਦੋਂ ਆਪਾਂ ਪਹਿਲਾਂ ਆਏ ਸੀ ਉਦੋਂ ਆਪਾਂ ਸਾਨੂੰ ਇਹ ਵੀ ਨਹੀਂ ਯਾਦ ਨਹੀਂ ਸਾਨੂੰ ਇਹ ਵੀ ਨਹੀਂ ਯਾਦ ਕਿ ਅਸੀਂ ਟਰਮੀਨਲ ਕਿਹੜੇ 'ਚ ਆਏ ਸੀਗੇ ਹੈ ਨਾ ਆਪਾਂ ਲੈਂਡ ਕਿਹੜੇ ਟਰਮੀਨਲ 'ਤੇ ਹੋਏ ਸੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਬਸ ਹੋ ਗਏ ਹਾਂ ਇੰਨਾ ਹੀ ਪਤਾ ਬਟ ਹੈ ਕਿ ਇੱਥੇ ਕਾਫੀ ਸਪੈਸ਼ੀਅਸ ਜਗ੍ਹਾ ਵਾ ਹੈ ਕਾਫੀ ਸੋਹਣਾ ਬਣਾਇਆ ਨਾ ਆਹ ਇੱਕ ਰੈਸਟੋਰੈਂਟ ਵੀ ਹੈਗਾ ਸੋ ਗਾਈਸ ਹੁਣ ਆਪਾਂ ਬੈਠ ਗਏ ਹਾਂ ਵੇਟਿੰਗ ਏਰੀਆ ਦੇ ਵਿੱਚ ਕਿਉਂਕਿ ਆਪਾਂ ਥੱਕ ਗਏ ਹਾਂ ਔਰ ਦੂਸਰੀ ਗੱਲ ਕਿ ਆਪਾਂ ਹਜੇ ਬਹੁਤ ਲੰਬਾ ਸਫ਼ਰ ਕਰਨਾ ਆ ਇੱਥੋਂ ਆਪਾਂ ਬਹਿਰੇਨ ਜਾਣਾ ਆ ਤੋ ਬਹਿਰੇਨ ਤੋਂ ਦਿੱਲੀ ਜਾਣਾ ਆ ਦਿੱਲੀ ਤੋਂ ਅੰਮ੍ਰਿਤਸਰ ਜਾਣਾ ਆ ਸੋ ਆਲਰੇਡੀ ਅੱਜ ਮੇਰੀ ਨੀਂਦ ਪੂਰੀ ਨਹੀਂ ਹੋਈ ਬਿਕੋਜ਼ ਕੱਲ੍ਹ ਸਵੇਰ ਤੋਂ 9 ਵਜੇ ਤੋਂ ਲੈ ਕੇ ਹੁਣ ਤੱਕ ਮੈਂ ਬਿਲਕੁਲ ਵੀ ਰੈਸਟ ਨਹੀਂ ਕੀਤੀ ਤੋ ਮੈਨੂੰ ਲੱਗਣ ਦਿਆ ਕਿ ਮੈਂ ਬਹਿੰਦਿਆਂ ਹੀ ਜਹਾਜ਼ 'ਚ ਅਤੇ ਮੈਂ ਸੋ ਜਾਣਾ ਅਤੇ ਕਾਫੀ ਜ਼ਿਆਦਾ ਨੀਂਦ ਆ ਰਹੀ ਇੱਥੇ ਹੁਣ ਬਟ ਸੁਬਹਾ ਦੇ ਮਤਲਬ ਸੁਬਹਾ ਦੇ 9:30 ਸਾਡੀ ਫਲਾਈਟ ਆ ਔਰ 8:00 ਸਾਨੂੰ 8:00 8:30 ਬੋਟਿੰਗ ਆ ਸੋ ਦੇਖੋ ਕੀ ਬਣਦਾ ਉਦੋਂ ਤੱਕ ਹਜੇ 1.5 ਘੰਟਾ ਪਿਆ ਆਹੀ ਸਫ਼ਰ ਲੰਬਾ 7-8 ਘੰਟੇ ਦਾ ਅੱਗੇ ਤੇ ਮੈਂ ਖਲੋ ਕੇ ਬੱਸ ਤੇ ਜਿਵੇਂ ਬੱਸ ਤੇ 4 ਘੰਟੇ ਬੱਸ ਤੇ ਖਲੋਤੇ ਚੱਲ ਜੀਦਾ ਜਦੋਂ ਬਟਾਲੇ ਪਹੁੰਚਣ ਨੇਹਾ ਕਾਲ ਟਾਈਮ ਬਟਾਲੇ 30 ਮਿੰਟ ਲੱਗਦੇ ਨਹੀਂ ਬਾਅਦ ਕੀ ਪਤਾ ਗੁੜੀਆ ਕੀ ਹੁੰਦਾ ਵਾ ਨਹੀਂ ਤੇ ਹੁਣ ਕੀ ਕਹਿ ਸਕਦੇ ਜੇ ਸਾਡੀਆਂ ਸੀਟਾਂ ਨਹੀਂ ਸਹੀ ਹੋ ਗਈਆਂ ਨੇ ਤੂੰ ਉਹਨਾਂ ਨੂੰ ਕਹਿ ਕੀ ਕਹਾਂ ਕੈਰੋ ਚੇਂਜ ਦਿਸ ਫਰਮ ਕੀ ਆਪਾਂ ਨਹੀਂ ਕਹਿ ਸਕਦੇ ਇਦਾਂ ਜਨਾਬ ਜੀ ਅਲਾਊਡ ਨਹੀਂ ਹੈਗਾ ਸੀਟਾਂ ਚੇਂਜ ਕਰਨੀਆਂ Just look at your face. Hello? The camera ਅੱਗੇ ਕੋ ਗਾਈ ਸਾਡੇ ਨਾ ਸੀਟਾਂ 'ਚ ਵੱਖ ਵੱਖ ਆ ਗਈਆਂ ਮੇਰਾ ਇਕੱਲੇ ਲੰਚ ਕਰਨੂੰ ਜਾਂ ਬ੍ਰੇਕਫਾਸਟ ਕਰਨੂੰ ਜੀ ਨਹੀਂ ਕਰਦਾ ਫਿਰ ਹੁਣ ਤੇ ਮੈਂ ਇਹਨੂੰ ਕਿਹਾ ਕਿ ਉਹਨੂੰ ਕਹਿ ਦੀ ਕਿ ਧੀਏ ਭੈਣੇ ਸਾਡੀਆਂ ਸੀਟਾਂ ਨਾਲ ਨਾਲ ਕਰਦੇ ਅਤੇ ਅੱਗੋਂ ਕਹਿੰਦੀ ਕਿ ਮੈਂ ਨਹੀਂ ਕਹਿੰਦਾ ਉਹਨੂੰ ਇੱਦਾਂ ਕਰਕੇ ਕਹਿੰਦੀ ਮੰਮਾ ਯਾਰ ਮੈਂ ਉਹਨਾਂ ਨੂੰ ਕੀ ਕਹੂੰਗਾ ਮੈਂ ਵੇਖਦਾ ਵਾਂ ਹੁਣ ਜਾ ਕੇ ਵਿਹਨੇ ਆ ਨਾ 24 ਘੰਟੇ ਹੋ ਗਏ ਆ
ਜਾਗਣ ਦੇ ਨੂੰ ਇਹਨੂੰ ਤੇ ਚਾਹ ਵਿੱਚ ਨੀਂਦ ਵੀ ਨਹੀਂ ਆਈ ਮੈਂ ਤੇ ਫਿਰ ਗੋਗਾ ਪਸੋਰੀ ਵੇਂਦਾ ਵੇਂਦਾ ਇੱਕ ਝੁੰਕਾ ਲੈ ਲਿਆ ਸੋ ਗਾਇਸ ਬਸ ਓਨਲੀ 2 ਮਿੰਟ ਲੈਫਟ ਤੇ ਉਸ ਤੋਂ ਬਾਅਦ ਸਾਨੂੰ ਸ਼ੋ ਹੋ ਜਾਊਗਾ ਗੇਟ ਨੰਬਰ ਕਿਉਂਕਿ ਬਹੁਤ ਜ਼ਿਆਦਾ ਵੇਟ ਹੋ ਗਈ ਹੁਣ ਤੇ ਓਨਲੀ 1 ਮਿੰਟ ਲੈਫਟ ਸੋ 1 ਮਿੰਟ ਬਾਅਦ ਪ੍ਰੋਪਰ 1 ਮਿੰਟ ਬਾਅਦ ਪਤਾ ਲੱਗੂਗਾ ਕਿ ਆਪਾਂ ਕਿੱਧਰ ਨੂੰ ਜਾਣਾ ਔਰ ਮੈਨੂੰ ਇੱਦਾਂ ਲੱਗਣ ਦਿਆ ਕਿ ਜਿੱਦਾਂ ਮੈਂ ਪਤਾ ਨਹੀਂ 10 ਦਿਨਾਂ ਤੋਂ ਨਹੀਂ ਸੁੱਤੀ ਹਜੇ ਇਹ ਨਹੀਂ ਪਤਾ ਕਿ ਸੀਟਾਂ ਦਾ ਮਸਲਾ ਹੱਲ ਹੋਣਾ ਵਾ ਕਿ ਨਹੀਂ ਹੋਣਾ ਅਤੇ 8 ਵੱਜ ਚੁੱਕੇ ਆ ਬਟ ਕੋਈ ਗੇਟ ਗੂਟ ਸ਼ੋ ਨਹੀਂ ਹੋਇਆ ਪਤਾ ਨਹੀਂ ਕੀ ਕਰਨ ਦੇ ਆ ਯਾਰ ਗੁੱਸਾ ਚੜ੍ਹਨ ਦਿਆ ਹੁਣ ਮੈਨੂੰ ਹਾਂ ਆਹ ਵੇਖੋ ਅਨਾਊਂਸਮੈਂਟ ਹੋ ਗਈ ਹਾਂ ਗੇਟ ਨੰਬਰ 3 ਤੇ ਜਾਣਾ ਆ ਹੁਣ ਆਪਾਂ ਨੂੰ ਗੇਟ ਨੰਬਰ ਪਤਾ ਲੱਗ ਗਿਆ ਫਿਲਹਾਲ ਬੜੀ ਮੁਸ਼ਕਿਲ ਨਾਲ ਅਤੇ ਹੁਣ ਆਪਾਂ ਜਾ ਰਹੇ ਹਾਂ ਲੋ ਜੀ ਜਹਾਜ਼ ਚੜ੍ਹਨ ਲੱਗਿਆ ਜੀ ਹੁਣ ਕਰ ਲਓ ਤਿਆਰੀ ਆਪਾਂ ਆਪਣਾ ਬੈਗ ਲੈ ਕੇ ਚਲੋ ਕਿੱਡਾ ਤੜਾ ਜਹਾਜ਼ ਵੀਰ ਜੀ ਇੱਕ ਚੈੱਕ ਕਰ ਸਕਦੇ ਜਹਾਜ਼ ਧਿਆਨ ਲੱਗਾ ਇੱਥੇ ਦੇ ਭਰਾਵਾ ਉਹ ਲੱਗੇ ਕਹਿੰਦੇ ਚਲੋ ਆਪਾਂ ਚੱਲੀਏ ਅੱਗੇ ਉਹਦਾ ਕਿੱਡਾ ਤੜਾ ਖੰਭ ਆ ਟਰਬਾਈਨ ਦਾ ਪਿੱਛੋਂ ਕੜਾਮ ਚੌਧਰੀ ਇਸ ਲੱਗਦਾ ਸਾਰਿਆਂ ਦੇ ਪੱਤੇ ਚੱਕਣ ਦੇ ਕੜਾਮ ਚੌਧਰੀ ਲੱਗਣ ਡੇ ਮੈਨੂੰ ਵੇਖੋ ਜੀ ਵੇਖੋ ਆਹ ਵੇਖੋ ਇਹਨੂੰ ਕੀ ਹੋਣ ਦਿਆ ਜੀ ਆਹ ਵੇਖੋ ਆਹ ਵੇਖੋ ਵਾਓ 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 ਜਹਾਜ਼ ਦਾ ਵੱਡਾ ਵੀ ਨਹੀਂ ਐਵੇਂ ਲੈਟ ਕਰਾਉਣ ਦੇ ਆ ਹੈਲੋ ਗਾਇਸ ਹੁਣ ਇੱਦਾਂ ਹੋਇਆ ਕਿ ਸਾਡੀਆਂ ਟਿਕਟ ਹੈਗੀਆਂ ਡਿਫਰੈਂਟ ਠੀਕ ਹੈ ਅਤੇ ਮੈਂ ਗਿਆ ਫਿਰ ਮੈਡਮ ਕੋਲ ਮੈਂ ਸਿੱਧਾ ਪੰਜਾਬੀ ਜਾ ਕੇ ਆ ਮੈਂ ਕਿਹਾ ਵੇਖ ਮੇਰੀ ਗੱਲ ਸੁਣ ਲਾ ਬੀਬੀ ਮੈਂ ਆਪਣੀ ਬੇਗਮ ਤੋਂ ਬਿਨਾਂ ਸਾਈਡ 'ਤੇ ਨਹੀਂ ਰਹਿਣਾ ਅਤੇ ਤੁਸੀਂ ਟਿਕਟਾਂ ਵਾਪਸ ਦੇ ਦੇ ਅਤੇ ਉਹਨੇ ਹੁਣ 42A ਅਤੇ ਬੀ ਦੀ ਦਿੱਤੀ ਇੱਦਾਂ ਬਿਲਕੁਲ ਵੀ ਨਹੀਂ ਆਇਆ ਮੈਂ ਜਾ ਕੇ ਟਿਕਟ ਸਹੀ ਕਰਾ ਕੇ ਆਇਆ ਵਾਂ ਪੰਪ ਕਿਹਨੇ ਚੜਿਆ ਵਟ ਐਵਰ ਮੈਂ ਕਰਾ ਕੇ ਆਇਆ ਮੈਂ ਇਹਨੂੰ ਕਿਹਾ ਸੀ ਕਿ ਜਾ ਇਹ ਗਈ ਤਾਂ ਕੰਮ ਬਣ ਗਿਆ ਜੇ ਨਾ ਜਾਂਦੀ ਤਾਂ ਉਹਨੇ ਪਿੰਡ ਵਿੱਚ ਪੁੱਛਣਾ ਵੀ ਨਹੀਂ ਤੁਸੀਂ ਕੌਣ ਅੰਮ੍ਰਿਤਸਰੋਂ ਚੱਲ ਆਇਆ ਨੂੰ ਇੱਧਰਲੇ ਪਾਸੇ ਪਾਇਲਟ ਨਾਲ ਗੱਲ ਕਰ ਲੂੰਗਾ ਵੀ ਭਰਾ ਮੈਨੂੰ ਅੱਗੇ ਕੈਬਿਨ ਚ ਬਾਲਾ ਕਿਉਂ ਸਹੀ ਗੱਲ ਕਿ ਨਹੀਂ ਉਹ ਵੀ ਕਿਤੇ ਅੰਮ੍ਰਿਤਸਰ ਦੇ ਹੋਵੇ ਲਓ ਜੀ ਲਓ ਜੀ ਆਹ ਹੁੰਦੀ ਗੁਫਾ ਜਿਹੜੀ ਜਹਾਜ਼ ਦੇ ਵਿੱਚ HSBC ਲਿਖਿਆ ਸੀ ਨਾ ਸਾਈਡ 'ਤੇ ਉੱਥੋਂ ਨਹੀਂ ਆਪਾਂ ਐਂਟਰ ਕਰਦੇ ਹਾਂ ਲਾਈਨ ਲੱਗੀ ਹੈ ਬਹੁਤ ਲੰਬੀ ਮੋਟਾ ਸਾਡਾ ਚੜ ਗਿਆ ਫਿਆਮਾ ਹੈ ਚਲੋ ਜੀ ਮੈਡਮ ਆ ਗਈ ਹੈਲੋ ਗੁੱਡ ਮੋਰਨਿੰਗ ਥੈਂਕ ਯੂ ਲਓ ਜੀ ਆ ਗਏ ਆਪਾਂ ਹੁਣ ਅੰਦਰ ਸੀਟੋ ਸੀਟ ਹੋਈ ਪਈ ਹੈ ਆਪਾਂ ਜਾਣਾ 24 'ਤੇ 42 'ਤੇ ਸਾਨੂੰ ਕੁਸ਼ਨ ਵੀ ਨਾਲ ਆ ਜੀ ਵਾਓ ਕੁਸ਼ਨ ਨਾਲ ਆ ਜੀ 34 ਅੱਗੇ ਅੱਗੇ ਅੱਗੇ
बाहर का व्यू एंड एक्चुअली नीट एंड क्लीन है। तो गाइस एयर इंडिया नालों काफ़ी ज़्यादा कंफर्टेबल सीट्स आ इतना, मतलब अगर आप बैठ रहे हैं है ना, इन्नी इन्नी स्पेस बाकी है ना, काफ़ी वधिया स्पेस आ। और ये सब तो बेस्ट गल की है कि अभी तेज नहीं होंगे एयर इंडिया वे, और वो यार बहुत ही कंजस्टेड जी सीट है ना। और लास्ट टाइम आप पहली गलते आप बीमारी दोनों जने, मतलब मैं तो बिल्कुल बीमारी जो आप आए ही गए, बट इस बार मैं इन्हों पक्का ट्राई करूँ। हाँ नीट एंड क्लीन तो है सारा कुछ। सही गल है, ये सही है। बाहर नेरा पै गया, हाँ सुने नेरा तो नहीं है बाहर, तु ही करता कुछ सुने जी, हाँ वेखो तु ही किया कुछ, हाँ तो मैं क्या करता, हाँ वेखो वेखी होने चिट्टा हों, मैनू लगता तु ही किया हों ना, लाइट च फर्क पै जाए ना, तु यार सुने जाओ पहल तु की करता इतों हूँ काफ़ी क्लीयर देख रहा वा जो का मैं इतने किया ना, हूँ काफ़ी क्लीयर देख लिया बार है ना, काफ़ी क्लीयर हो गया पहला नालों, पर शीशा साफ नहीं किया लगता। ए काफ़ी मज़ा आ रहा, धन्यवाद है, बहुत बढ़िया है, नहीं सही आ देखो सिर रखने वास्ते भी सही आ है ना, मतलब ज़्यादा ज़्यादा नहीं है, खराब नहीं है, हार्ड नहीं है, ज़्यादा स्पेशियस आ। सुने आ देखो एक चीज़ और बड़ी वधिया कि जे आप मतलब आखो लैग न पूरा थले करके इदा करके भी स्पेस बड़ी है ना, हाँ तो आखो ना उन्होंने आ जी नैट लाई आ ये चुभे ना, मतलब अपन आ चीज़ वजे ना, इसलिए उन्होंने उस पोजिशन से रखी है ना कि वो नैट अपने गोडे नू ना लगे। लो सोनी जी तो सराना, तो लो सोनी थोड़ी ब्लैंकेट देगी बीबी, आ मेरी सराना तो आ मेरा ब्लैंकेट है, फ्रैश मिलते तीन मेरे ख्याल बहुत वधिया, गल फिर लाइन दिता बाद पै खाधे भरा मैं। लो चको जी बीबी हूँ गल फेयर लाइन दे देगी हेडफोन, कहती चको तो गाने सुनो तो गल मुका आने सुनो जी, चको जी टेंट तो अनाउंसमेंट शुरू हो गई है पिछले लगते कि आ गई कुड़ी जा च, आ गई कुड़ी जा च, वाह लगती लास्ट तो फिर उस्ताद तो बैठा उस्ताद लग्जरी क्लास तू बैठा उस्ताद, वाह तेरे